ਬੀਤੀ ਦਿਨੀ ਪਿੰਡ ਖੋਸਾ ਪਾਂਡੋ ਗੁਰਦੁਆਰਾ ਸਾਹਿਬ ਸਿੰਘ ਸ਼ਹੀਦ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੀ ਵੱਲੋਂ ਇੱਕ ਖੇਤੀ ਆਧਾਰਿਤ ਪ੍ਰੋਗਰਾਮ ਰੱਖਿਆ ਗਿਆ, ਜਿਸ ਦਾ ਮੁੱਖ ਮੰਤਵ ਸੀ ਕੁਦਰਤੀ ਖੇਤੀ ਨੂੰ ਅਪਣਾ ਕੇ ਅਜੋਕੀ ਖੇਤੀ ਨੂੰ ਬਚਾਉਣਾ। ਇਸ ਸੈਮੀਨਾਰ ਵਿੱਚ ਅਡੀਸ਼ਨਲ ਡਾਇਰੈਕਟਰ ਡਾਕਟਰ JS ਬੁੱਟਰ, ਰੁੱਖਾਂ ਦੇ ਮਾਹਿਰ ਬਲਵਿੰਦਰ ਸਿੰਘ ਲੱਖੇਵਾਲੀਆ, ਡਾਕਟਰ ਰਮਨਦੀਪ ਸਿੰਘ ਐਗਰੀ ਬਿਜ਼ਨਸ ਐਕਸਪਰਟਸ, ਬਾਬਾ ਗੁਰਮੀਤ ਸਿੰਘ ਅਤੇ ਪਹੁੰਚੀਆਂ ਹੋਰ ਸ਼ਖਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਆਹ ਜਿਹੜਾ ਸਥਾਨ ਗੁਰਦੁਆਰਾ ਬਾਬਾ ਸਾਹਿਬ ਸਿੰਘ ਸ਼ਹੀਦ ਹੈ, ਇਸ ਪਿੰਡ ਦੀ ਧਿਰ ਹੈ। ਤਕਰੀਬਨ ਹਰ ਪਿੰਡ ਦਾ ਨਾਗਰਿਕ ਜਿਹੜਾ ਇਸ ਸਥਾਨ ਨਾਲ ਜੁੜਿਆ ਹੋਇਆ। ਆਹਾਰ ਦੀ ਸ਼ੁੱਧੀਕਰਨ ਦੀ ਗੱਲ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੇ ਮੇਰੇ ਮਨ 'ਚ ਵਿਚਾਰ ਆਈ ਉਹ ਸਰੀਰ ਦੀ ਰਿਸ਼ਤਤਾ ਦੀ, ਕਿਉਂਕਿ ਖੁਰਾਕ ਜਿੰਨਾ ਚਿਰ ਤੱਕ ਸਰੀਰ ਤੰਦਰੁਸਤ ਨਹੀਂ ਹੁੰਦਾ ਖੁਰਾਕ ਹਜ਼ਮ ਨਹੀਂ ਹੁੰਦੀ। ਇਹ ਜਿਹੜਾ ਹੈਗਾ ਸੈਮੀਨਾਰ ਦੀ ਰਹੀ ਗੱਲ, ਕਿਉਂਕਿ ਮੈਂ ਚਾਹੁੰਦਾ ਵੀ ਜਿੰਨੇ ਕੁ ਮੇਰੇ ਨਾਲ ਜੁੜੇ ਹੋਏ ਨੇ ਉਹ ਤਾਂ ਹੈਗੇ ਨੇ, ਉਹਦੇ ਵਿੱਚ ਜਿਹੜਾ ਸਾਡੇ ਚਾਰ ਪਿੰਡ ਨੇ ਇੱਕ ਕਲਸਟਰ ਰੂਪ ਵਿੱਚ ਹੈਗੇ ਨੇ, ਖੋਸਿਆਂ ਦੇ ਖੋਸਾ ਪਾਂਡੋ, ਖੋਸਾ ਰਣਧੀਰ, ਖੋਸਾ ਕੋਟਲਾ, ਖੋਸਾ ਜਲਾਲ। ਤਾਂ ਇੱਥੋਂ ਦੇ ਜਿੰਨੇ ਤਕਰੀਬਨ ਹੈਗੇ ਨੇ ਇਸ ਵੱਡੇ ਮਹਾਂਪੁਰਖ ਸੰਤ ਬਾਬਾ ਫਤਿਹ ਸਿੰਘ ਜੀ ਕਰਕੇ ਸਾਰੇ ਆਪਸ ਬਹੁਤ ਇਨ ਟੱਚ ਹੈਗੇ ਨੇ, ਉਹਨਾਂ ਸਾਰਿਆਂ ਨੂੰ ਵੀ ਇਹਦੇ ਵਿੱਚ ਇੰਟਰਸਟ ਨਜ਼ਰ ਆਇਆ। ਤਾਂ ਉਹਨਾਂ ਨੂੰ ਹੁਣ ਥੋੜ੍ਹਾ ਥੋੜ੍ਹਾ ਕਲੱਬਸ ਨੂੰ ਮੈਂ ਪ੍ਰਮੋਟ, ਖਾਸ ਕਰਕੇ ਮੇਰਾ ਧਿਆਨ ਜ਼ਿਆਦਾਤਰ ਹੈਗਾ ਯੰਗਸ 'ਤੇ ਰਹਿੰਦਾ ਹੈਗਾ, ਕਿਉਂਕਿ ਉਹ ਸਾਡਾ ਫਿਊਚਰ ਨੇ। ਸੋ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿ ਸਾਡਾ ਜਿਹੜਾ ਆਹਾਰ ਹੈ ਉਹ ਬਹੁਤ ਖਰਾਬ ਹੋ ਚੁੱਕਿਆ, ਪੂਰਾ ਕੈਮੀਕਲ ਉਸ ਆਹਾਰ ਦੇ ਵਿੱਚ ਹੈ। ਸੋ ਉਹਦੇ ਨਾਲ ਸਾਡੀ ਪੰਜਾਬ ਦੀ ਜਿਹੜੀ ਸਿਹਤ ਹੈ ਉਹ ਬਹੁਤ ਉਹਨੂੰ ਫਰਕ ਪੈ ਰਿਹਾ ਔਰ ਸਿਹਤ ਥੱਲੇ ਨੂੰ ਜਾ ਰਹੀ ਆ ਪੰਜਾਬ ਦੀ ਜਵਾਨੀ ਦੀ ਸਿਹਤ। ਦੂਜਾ ਇਹਦੇ ਵਿੱਚ ਪਹਿਲੂ ਜਿਹੜਾ ਇਹਨਾਂ ਨੇ ਸੰਭਾਲਿਆ ਉਹ ਸੰਭਾਲਿਆ ਕਿ ਜਿਹੜੇ ਸਾਡੇ ਪਿੰਡਾਂ ਦੇ ਨੌਜਵਾਨ ਸਾਥੀ ਆ ਜਿਹੜੇ ਖੇਤੀ ਤੋਂ ਥੋੜ੍ਹਾ ਜਿਹਾ ਉੱਧਰ ਦੇ ਜੇ ਲੱਗਦੇ ਆ, ਸੋ ਇਹਨਾਂ ਦੇ ਜਿਹੜੇ ਇਸ ਰੁਝੇਵੇਂ ਨਾਲ ਇਹਨਾਂ ਨੇ ਜਿਹੜੀ ਔਰਗੈਨਿਕ ਪ੍ਰੋਡਕਸ਼ਨ ਨੂੰ ਜਿਹੜਾ ਬੜਾਵਾ ਦਿੱਤਾ, ਉਹਦੇ ਨਾਲ ਕੀ ਹੋਇਆ ਕਿ ਜਿਹੜੇ ਉਹਨਾਂ ਦੀ ਇੰਟਰਸਟ ਗਰੁੱਪ ਬਣ ਗਿਆ ਕਿ ਜਦੋਂ ਨੌਜਵਾਨ ਸਾਥੀ ਸਾਡੇ ਔਰਗੈਨਿਕ ਪ੍ਰੋਡਿਊਸ ਪੈਦਾ ਕਰਨਗੇ ਬਾਬਾ ਜੀ ਦੇ ਸੰਦੇਸ਼ ਦੇ ਥੱਲੇ, ਉਹ ਔਰਗੈਨਿਕ ਪ੍ਰੋਡਿਊਸ ਪੈਦਾ ਕਰਨਗੇ ਤਾਂ ਡੈਫੀਨੇਟਲੀ ਉਹਨਾਂ ਨੂੰ ਇੱਕ ਰਾਹ ਦਿਖੂਗਾ ਅਤੇ ਖਪਤਕਾਰ ਨਾਲ ਸਿੱਧਾ ਜੁੜਨ ਦਾ ਉਹਨਾਂ ਨੂੰ ਮੌਕਾ ਮਿਲੂਗਾ। ਖੋਸਾ ਪਾਂਡੋ ਵਿਖੇ ਕਿਸਾਨ ਸੰਮੇਲਨ ਕਰਾਇਆ ਜਾ ਰਿਹਾ, ਇਹਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਜਿਹੜੇ 3-4 ਪਿੰਡ ਰਲ ਕੇ ਇੱਥੇ ਬੜਾ ਵਧੀਆ ਹੰਭਲਾ ਮਾਰ ਰਹੇ ਨੇ, ਖਾਸ ਕਰਕੇ ਵਾਤਾਵਰਨ ਨੂੰ ਬਚਾਉਣ ਵਾਸਤੇ, ਜਿਹੜੀ ਕਿ ਪੰਜਾਬ ਦੀ ਅਜੋਕੀ ਖੇਤੀ 'ਚ ਇਹਦੀ ਬਹੁਤ ਮਹੱਤਤਾ ਹੈ। ਕਿਉਂਕਿ ਜੇ ਆਪਾਂ ਪੰਜਾਬ ਦੀ ਖੇਤੀ ਦੀ ਗੱਲ ਕਰੀਏ ਅਤੇ ਜਦ ਆਪਾਂ ਤਕਰੀਬਨ 115 ਮਣ ਇੱਕ ਕਿੱਲੇ 'ਚੋਂ ਕਣਕ ਅਤੇ ਝੋਨਾ ਲਈ ਜਾਂਦੇ ਹਾਂ, ਪਰ ਉਹਦੇ ਨਾਲ ਨਾਲ ਹੀ ਆਪਾਂ ਮਿੱਟੀ, ਪਾਣੀ, ਵਾਤਾਵਰਨ ਸਭ ਨੂੰ ਪਲੂਤ ਕਰ ਰਹੇ ਹਾਂ। ਪਰ ਇਸ ਪਿੰਡ 'ਚ ਅਸੀਂ ਵੇਖਿਆ ਹੈ ਵੀ ਪਿਛਲੇ ਸਾਲ ਤਕਰੀਬਨ 80% ਤੋਂ ਵੀ ਜ਼ਿਆਦਾ ਲੋਕਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ, ਜਿਹੜਾ ਕਿ ਬਹੁਤ ਵੱਡਾ ਉਪਰਾਲਾ ਹੈ। ਅੱਜ ਜਿਸ ਅਸੀਂ ਦੌਰ 'ਚੋਂ ਗੁਜ਼ਰ ਰਹੇ ਹਾਂ, ਜੇ ਆਪਾਂ ਇਹ ਕਹਿ ਲਈਏ ਕਿ ਸਾਡਾ ਪੌਣ ਪਾਣੀ ਹੈ, ਇਹ ਸਾਰਾ ਬਿਮਾਰ ਹੋ ਚੁੱਕਿਆ। ਅਤੇ ਜੇ ਅਸੀਂ ਇਸ ਗੰਧਲੇ ਵਾਤਾਵਰਨ 'ਚੋਂ ਬਾਹਰ ਨਿਕਲਣਾ ਤਾਂ ਸਾਡੇ ਲਈ ਸਭ ਤੋਂ ਜਿਹੜਾ ਅਹਿਮ ਕੰਮ ਜਿਹੜਾ ਕਰਨ ਵਾਲਾ ਉਹ ਇਹ ਹੈ ਕਿ ਅਸੀਂ ਕੁਦਰਤ ਨਾਲ ਜੁੜੀਏ। ਹੁਣ ਕੁਦਰਤ ਨਾਲ ਜੁੜਨ ਦਾ ਜਿਹੜੇ ਬੜੇ ਹੀ ਜਿਹੜੇ ਤਰੀਕੇ ਆ, ਅਤੇ ਸਭ ਤੋਂ ਜਿਹੜਾ ਕਾਰਗਰ ਤਰੀਕਾ ਹੈਗਾ ਉਹ ਰੁੱਖ ਨੇ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ, ਮੈਂ ਹਮੇਸ਼ਾ ਕੋਟ ਕਰਦਾ ਹੁੰਦਾ ਕਿ ਬਿਰਕੇ ਹੇਠ ਸਭ ਜੰਤਰ ਕੱਟੇ। ਪ੍ਰਾਕਿਰਤਿਕ ਮਿਲਕ ਖਰੀਦ ਰਹੇ ਹੈ ਔਰ ਹਮ ਪ੍ਰਾਕਿਰਤਿਕ ਮਿਲਕ ਸੇ ਘੀ ਬਨਵਾਤੇ ਹੈ, ਉਸ ਸਮੇਂ ਵੀ ਯੁਵਾਓਂ ਕੋ ਜੋੜਾ ਹੈ। ਇਸ ਸਾਲ ਮੈਂ ਹਮਨੇ ਜੁਲਾਈ ਸੇ ਔਰ ਅਭੀ ਜੋ ਜੁਲਾਈ ਆਨੇ ਵਾਲਾ ਹੈ ਇਸਮੇ ਤਕਰੀਬਨ 8 ਕਰੋੜ ਕੇ ਆਸ ਪਾਸ ਹਮਨੇ ਦੂਧ ਔਰ ਘੀ ਕੋ ਬਿਕਵਾਇਆ ਹੈ, ਬੇਚਾ ਹੈ 8 ਕਰੋੜ ਕੇ ਆਸ ਪਾਸ ਕਾ। ਔਰ ਇੱਕ ਹਮਨੇ ਨਾਰਾ ਦਿਆ ਹੈ ਕਿ ਟਰਸਟ ਨਹੀਂ ਕਰੀਏ, ਟੈਸਟ ਕਰਾਈਏ। ਹਮਾਰੇ ਯਹਾਂ ਕਿਆ ਹੈ ਕਿ ਹਮ ਲੋਕੋਂ ਕੀ ਬਾਤੋਂ ਪਰ ਵਿਸ਼ਵਾਸ ਜ਼ਿਆਦਾ ਕਰਤੇ ਹੈ ਔਰ ਕਭੀ ਵੀ ਖਾਣੇ ਕੀ ਚੀਜ਼ੋਂ ਕਾ ਟੈਸਟ ਨਹੀਂ ਕਰਾਤੇ। ਤੋ ਹਮ ਫੋਕਸ ਕਰ ਰਹੇ ਹੈ ਕਿ ਲੋਕ ਟੈਸਟ ਕਰਾਏ
ਔਰ ਜਬ ਟੈਸਟ ਕਰਾਏਂਗੇ ਤੋ ਵੋ ਮਿਲਾਵਟ ਸੇ ਬਚ ਪਾਏਂਗੇ। ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕਰ ਪਹਿਲਾਂ ਖੁਦ ਕੁਦਰਤ ਨਾਲ ਜੁੜ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਨੌਜਵਾਨਾਂ ਨੂੰ ਹੱਥੀਂ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਬਾਬਾ ਜੀ ਨੇ ਗੁਰਬਾਣੀ ਦੇ ਸ਼ਬਦ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਮਹੱਤਤਾ ਨੂੰ ਦੱਸਦਿਆਂ ਉਸ ਨੂੰ ਆਪਣੇ ਇਲਾਕੇ ਵਿੱਚ ਲਾਗੂ ਕੀਤਾ। ਬਾਬਾ ਜੀ ਦੀ ਮੁੱਖ ਨੀਤੀ ਨੌਜਵਾਨਾਂ ਨੂੰ ਮੁੜ ਖੇਤੀ ਅਤੇ ਖੇਡਾਂ ਨਾਲ ਜੋੜਨਾ ਸੀ। ਇਹਨਾਂ ਜ਼ਰੂਰਤਾਂ ਦੀ ਪੂਰਤੀ ਲਈ ਹੀ ਉਹਨਾਂ ਨੇ ਆਪਣੇ ਇਲਾਕੇ ਨੂੰ ਕੁਦਰਤੀ ਖੇਤੀ ਨਾਲ ਜੋੜਿਆ ਅਤੇ ਉਹਨਾਂ ਨੇ ਆਪਣੇ ਇਲਾਕੇ ਵਿੱਚੋਂ ਕਈ ਨਾਮੀ ਖਿਡਾਰੀ ਵੀ ਬਣਾਏ। ਜੋ ਕਿ ਇੱਥੇ ਸਰਕਾਰ ਵੱਲੋਂ ਬਣਾਇਆ ਗਿਆ ਉਹਨੂੰ ਹੁਣ ਐਫਪੀਓ ਵਿੱਚ ਕਨਵਰਟ ਕੀਤਾ ਜਾ ਰਿਹਾ ਹੈ। ਉਹਦੇ ਸਾਰੇ ਹੀ ਨੌਜਵਾਨ ਚਾਹੇ ਉਹ 8 ਨੇ, 10 ਨੇ, 12 ਨੇ, 14 ਨੇ, ਜਿੰਨਾ ਚਿਰ ਤੱਕ ਮੈਂ ਆਪਣੇ ਪੈਰਾਂ ਦਾ ਸਤਿਕਾਰ ਨਹੀਂ ਕਰਾਂਗਾ ਮੈਨੂੰ ਤੁਰਨਾ ਨਹੀਂ ਆਏਗਾ, ਕਿਉਂਕਿ ਤੁਰਨਾ ਪੈਰ ਨਹੀਂ ਸਮਾਂ। ਇਸੇ ਲੜੀ ਨੂੰ ਜਾਰੀ ਰੱਖਦਿਆਂ ਡਾਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਜੇ ਨੌਜਵਾਨ ਇਸ ਤਕਨੀਕ ਨੂੰ ਅਪਣਾ ਕੇ ਖੁਦ ਮੰਡੀਕਰਨ ਕਰਨ ਤਾਂ ਉਹ ਵੱਧ ਮੁਨਾਫਾ ਕਮਾ ਸਕਦੇ ਹਨ। ਘਰੇ ਬੈਠ ਕੇ, ਦਫ਼ਤਰਾਂ 'ਚ ਬੈਠ ਕੇ ਇਹ ਗੱਲਾਂ ਨਹੀਂ ਨਿਬੜਨੀਆਂ। ਸਾਨੂੰ ਵੀ ਮੰਡੀ 'ਚ ਜਾਣਾ ਪਊਗਾ, ਅੱਜ ਆਪਾਂ ਮੰਡੀ 'ਚ ਬੈਠੇ ਹਾਂ, ਸਾਡੇ ਵੀ ਇਹੀ ਮੰਡੀ ਆ। ਜੇ ਤੁਸੀਂ ਆਪਣੀ ਜਿਣਸ ਨੂੰ ਪਕਾ ਕੇ 10% ਵੀ ਮੋੜ ਦਿਓ, ਹੁਣ ਤੁਹਾਡੇ ਮਨ 'ਚ ਸਵਾਲ ਆਊਗਾ ਕਿ ਰਮਨਦੀਪ ਤਾਂ ਉਵੇਂ ਨਹੀਂ ਜਾਂਦਾ, ਕਣਕ ਨੂੰ ਕਿੱਦਾਂ ਮੋੜ ਦਾਂਗੇ। ਅਸੀਂ 6 ਜ਼ਿੰਮੇਵਾਰ ਤਿਆਰ ਕਰ ਦਿੱਤੇ ਜਿਹੜੇ ਦਲੀਆ ਬਣਾ ਕੇ ਬਹੁਤ ਵਧੀਆ ਤਰੀਕੇ ਨਾਲ ਪੈਕ ਕਰਕੇ ਕਾਰਪੋਰੇਟ ਘਰਾਣੇ ਨੂੰ ਘਰਾਣੇ ਦੀ ਤਰ੍ਹਾਂ ਖਪਤਕਾਰਾਂ ਨੂੰ ਵੇਚਦੇ ਹੈ। ਮੈਂ ਉਮੀਦ ਕਰਦਾ ਕਿ ਬਾਬਾ ਜੀ ਨਾਲ ਜੁੜੇ ਹੋਏ ਜਿੰਨੇ ਨੌਜਵਾਨ ਆ, ਜੇ ਉਹ ਪਹਿਲੇ ਸੁਨੇਹੇ ਨੂੰ ਫੜਦੇ ਹੋਣ, ਫੜਨਾ ਚਾਹੁੰਦੇ ਹੋਣ, ਮੇਰੇ ਨਾਲ ਸੰਪਰਕ ਕਰਨ, ਮੈਂ ਤੱਤਪਰ ਹਾਂ। ਭਾਵੇਂ 50 ਜੁੜ ਜਾਣ, ਭਾਵੇਂ 100 ਜੁੜ ਜਾਓ, ਇਕੱਲੇ ਇਕੱਲੇ ਨੂੰ ਤਾਰ ਕੇ ਨਿਕਲੂ ਮੈਂ ਮੇਰੀ ਤਰ੍ਹਾਂ। ਕਿਸਾਨਾਂ ਦੀ ਮੰਡੀਕਰਨ ਵਿੱਚ ਮਦਦ ਲਈ ਡਾਕਟਰ ਰਮਨਦੀਪ ਸਿੰਘ ਹਮੇਸ਼ਾ ਤਿਆਰ ਬਰ ਤਿਆਰ ਨੇ। ਜਿਹੜਾ ਅੰਦਰ ਦਾ ਜਿਹੜਾ ਰੱਖਿਆ ਇਹਦਾ ਟਾਈਟਲ ਰੱਖਿਆ ਕਿਸਾਨ ਖੇਤੀ ਸੰਕਟ ਦੇ ਸੰਭਾਵੀ ਹੱਲ, ਇਹਦੇ ਬਾਰੇ ਥੋੜ੍ਹੇ ਨਾਲ ਗੱਲਾਂ ਕਰੂੰਗਾ, ਕਿਉਂਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਕਿਸਾਨੀ ਸੰਕਟ ਉਹ ਤਾਂ ਹੈਗਾ ਹੀ ਆ। ਇਸੇ ਦੌਰਾਨ ਆਪਣੀ ਖੇਤੀ ਤੋਂ ਹੁਨਰ ਬਰਾੜ ਜੀ ਨੇ ਦੱਸਿਆ ਕਿ ਕਿਸਾਨ ਆਪਣੀ ਖੇਤੀ ਨਾਲ ਜੁੜ ਕੇ ਮਾਹਿਰਾਂ, ਕਿਸਾਨਾਂ, ਵਪਾਰੀਆਂ ਨਾਲ ਸੰਪਰਕ ਕਰਕੇ ਆਪਣੀ ਖੇਤੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ ਅਤੇ ਆਪਣੀ ਖੇਤੀ ਐਪ ਦੀ ਸਹਾਇਤਾ ਨਾਲ ਕਿਵੇਂ ਖਪਤਕਾਰ ਸਿੱਧਾ ਕਿਸਾਨ ਕੋਲੋਂ ਉਸ ਦੀ ਜਿਣਸ ਖਰੀਦੇਗਾ, ਜਿਸ ਨਾਲ ਉਸ ਦੀ ਮੰਡੀਕਰਨ ਦੀ ਸਮੱਸਿਆ ਹੱਲ ਹੋ ਜਾਏਗੀ। ਜਿਨ੍ਹਾਂ ਨੇ ਵੀ ਪ੍ਰੋਡਕਟ ਬਣਾਏ, ਜਿਹੜੇ ਵੀ ਫਾਰਮਰ ਨੇ ਆਪਦਾ ਪੈਕੇਜ ਕੀਤਾ ਹੋਇਆ ਪ੍ਰੋਡਕਟ ਬਣਾਇਆ, ਉਹਨਾਂ ਦੀ ਅਸੀਂ ਫ੍ਰੀ ਵੈਬਸਾਈਟ ਬਣਾ ਕੇ ਦੇਵਾਂਗੇ, ਫਾਰਮਰ ਨੂੰ ਗੂਗਲ 'ਤੇ ਲੈ ਕੇ ਆਵਾਂਗੇ ਤਾਂ ਕਿ ਉਹਦਾ ਪ੍ਰੋਡਕਟ ਸਹੀ ਤਰੀਕੇ ਨਾਲ। ਆਪਣੀ ਖੇਤੀ ਟੀਮ ਦੀ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਸਮੇਂ ਸਮੇਂ ਹਰ ਪਿੰਡ ਵਿੱਚ ਇਹੋ ਜਿਹੇ ਖੇਤੀ ਆਧਾਰਿਤ ਸੈਮੀਨਾਰ ਕਰਵਾਏ ਜਾਣ ਤਾਂ ਜੋ ਕਿਸਾਨ ਮੁੜ ਕੁਦਰਤੀ ਖੇਤੀ ਨਾਲ ਜੁੜ ਸਕਣ।